ਪੰਜਾਬ ਪੁਲਿਸ ਦੇ ਓਕੂ ਵਿਭਾਗ ਨੇ ਇਸ ਸ਼੍ਰੇਣੀ ਦੇ ਗੈਂਗਸਟਰ ਸਰਜ ਸਿੰਘ ਸੰਧੂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿ ਸਰਜ ਸੰਧੂ ਜਲੰਧਰ 'ਚ ਹੀ ਛੁਪਿਆ ਬੈਠਾ ਸੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਜਦ ਓਕੂ ਯੂਨਿਟ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਪੂਰੀ ਵਿਉਂਤਬੰਦੀ ਦੇ ਨਾਲ ਵਿਧੀਪੁਰ ਫਾਟਕ ਤੋਂ ਇਸ ਗੈਂਗਸਟਰ ਨੂੰ ਕਾਬੂ ਕਰ ਲਿਆ, ਜਿਸ ਦੀ ਜਾਣਕਾਰੀ ਪੰਜਾਬ ਦੇ AIG ਓਕੂ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ। ਇਹਦਾ ਇੱਕ ਸਰਜ ਸੰਧੂ ਨਾਂ ਦਾ ਬੜਾ ਫੇਮਸ ਮਾਝੇ ਦਾ ਗੈਂਗਸਟਰ ਹੈਗਾ, ਜਿਹਨੇ 5 ਕਤਲ ਕੀਤੇ ਆ, 2 ਬੈਂਕ ਡਕੈਤੀਆਂ ਕੀਤੀਆਂ, ਅਨਲਿਮਿਟਡ ਕ੍ਰਾਈਮ ਕੀਤਾ, ਜਿਹੜਾ ਕਿ ਹਾਲੇ ਤੱਕ ਪੁਲਿਸ ਕੋਲ ਫੜਿਆ ਹੀ ਨਹੀਂ ਗਿਆ ਸੀ। ਜਿਹਨੂੰ ਫਸਟ ਟਾਈਮ ਜਿਹੜਾ ਓਕੂ ਯੂਨਿਟ ਹੈਗਾ ਪੰਜਾਬ ਪੁਲਿਸ ਦਾ, ਨਵਾਂ ਯੂਨਿਟ ਬਣਿਆ ਸਪੈਸ਼ਲੀ ਅਗੇਂਸਟ ਗੈਂਗਸਟਰਸ, ਔਰਗਨਾਈਜ਼ ਕੰਟਰੋਲ ਕ੍ਰਾਈਮ ਕੰਟਰੋਲ ਬਿਊਰੋ ਯੂਨਿਟ ਕਹਿੰਦੇ ਨੇ। ਅਸੀਂ ਇਹਨੂੰ ਅੱਜ ਇੰਟਰਸੈਪਟ ਕਰਕੇ ਸਪੈਸ਼ਲ ਇਨਪੁੱਟ ਦੇ ਉੱਪਰ ਜਲੰਧਰ ਰੂਰਲ ਪੁਲਿਸ ਦੀ ਮਦਦ ਦੇ ਨਾਲ ਇਹਨੂੰ ਅਰੈਸਟ ਕਰ ਲਿਆ। ਇਹਦੇ ਅਰੈਸਟ ਹੋਣ ਦੇ ਨਾਲ ਜਿਹੜੇ ਆ ਕਾਫੀ ਜਿਹੜੇ ਮਾਮਲੇ ਉਹ ਟਰੇਸ ਹੋਏ। ਇਸ ਗੈਂਗਸਟਰ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਵਿਭਾਗ ਦੇ ਹਰ ਅਧਿਕਾਰੀਆਂ ਦੇ ਮੂੰਹ ਤੇ ਖੁਸ਼ੀ ਸਾਫ ਚਲਕ ਰਹੀ ਸੀ। ਹੋਰ ਤੇ ਹੋਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਪੁਲਿਸ ਅਧਿਕਾਰੀਆਂ ਨੂੰ ਇਸ ਕਾਮਯਾਬੀ ਤੇ ਵਧਾਈ ਦਿੱਤੀ ਤੇ ਇਸ ਤੋਂ ਇਲਾਵਾ AIG ਓਕੂ ਹਰ ਕਮਲਪ੍ਰੀਤ ਸਿੰਘ ਖੱਖ ਦੀ ਖੁਸ਼ੀ ਤਾਂ ਉਦੋਂ ਸਾਫ ਜ਼ਾਹਿਰ ਹੋ ਗਈ ਜਦੋਂ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਪੂਰੇ ਮਜ਼ਾਕੀਆ ਅੰਦਾਜ਼ ਦੇ ਵਿੱਚ ਦਿੱਤਾ। ਦੱਸ ਦੇ ਕਿ ਗੈਂਗਸਟਰ ਸੰਧੂ 5 ਹਤਿਆਵਾਂ 'ਚ ਪੁਲਿਸ ਨੂੰ ਲੋੜੀਂਦਾ ਸੀ, ਜਿਨ੍ਹਾਂ ਵਿੱਚ ਹਿੰਦੂ ਸੁਰੱਖਿਆ ਸਮਿਤੀ ਦੇ ਨੇਤਾ ਵਿਪਨ ਸ਼ਰਮਾ ਦਾ ਅੰਮ੍ਰਿਤਸਰ ਵਿੱਚ ਕੀਤਾ ਗਿਆ ਦਿਨ ਦਿਹਾੜੇ ਕਤਲ ਵੀ ਸ਼ਾਮਲ ਹੈ ਤੇ ਇਸ ਦੇ ਉੱਪਰ 5 ਲੱਖ ਰੁਪਏ ਦੀ ਇਨਾਮ ਰਾਸ਼ੀ ਵੀ ਰੱਖੀ ਗਈ ਸੀ। ਜਲੰਧਰ ਤੋਂ ਸੋਨੂ ਦੀ ਰਿਪੋਰਟ।